ਤੁਹਾਡਾ ਠੀਕ ਕਰ ਮੇਰਾ ਬੱਚਾ, ਇਹ ਥੋੜਾ ਜਿਹਾ ਇਸ ਨੂੰ ਰਹਿਣੀ, ਇਹ ਬਸ ਇਹ ਹੋ ਗਿਆ, ਤੇਰੀ ਜੀ ਆਈ ਮਿਹਰਬਾਨੀ। ਸਾਹਮਣੇ ਆ ਜਾਓ, ਬਚੜੇ ਜਿਵਾ ਐਸਾ ਚੋਖਾ ਫੜਨਾ ਹੈ, ਬੇਕਾਰ ਨਾ ਭੁਗਤਾ ਹੀ ਕਰੋ। ਇਮਾਮ ਹੁਸੈਨ ਅਲੈਹਿ ਸਲਾਮ ਦੀ ਮਜਲਿਸ ਚ ਘਰ ਵੀ ਟੁਰ ਰਹਿੰਦੇ ਹੋ, ਸ਼ਾਹ ਸ਼ਮਸ ਬਾਦਸ਼ਾਹ ਦਾ ਦਰਬਾਰ ਚੁੰਡਾ ਗਨ ਕੇ ਬਹਿ ਗਿਆ, ਮੌਲਾ ਦੀ ਮਜਲਿਸ ਦੀ ਕਾਫੀ ਮਜਮਾ। ਬਿਸਮਿਲਲਾਹ ਰਹਿਮਾਨ ਰਹੀਮ, ਅੱਲਾਹੁਮਾ ਕੁਨ ਵਲੀਯਕ ਅਲ ਹੁਜਜਤ ਇਬਨ ਅਲ ਹਸਨ ਸਲਵਾਤੁਕਾ ਅਲੈਹਿ ਵਾਲਾ ਆਬਾਏ ਫੀ ਹਾਜ਼ਿਹਿ ਸਾਅਤ ਵਫੀ ਕੁੱਲ ਸਾਅਤ ਵਲੀਯਨ ਵਹਾਫਿਜ਼ਨ ਵਕਾਇਦਨ ਮਨਾਸਿਰਨ ਵਦਲੀਲਨ ਵਾਇਨਾ ਹੱਤਾ ਤੁਸਕਿਨਹੁ ਵਰਜ਼ਕਤਾਵਨ ਮੁਤਮਤਿਆਹੁ ਫੀਹਾ ਕਫੀਲਾ ਯਾ ਰੱਬਾ ਮੁਹੰਮਦ ਮਾਲ ਮੁਹੰਮਦ ਸੱਲਿ ਅਲਾ ਮੁਹੰਮਦ ਮਾਲ ਮੁਹੰਮਦ ਵਅਜਲ ਫਰਜਾ ਅਲ ਮੁਹੰਮਦ ਵਕਸ਼ਫਨਾ ਅਨਕਾ ਗਿਤਾਕਾ ਵਬਸਰੁਕਾ ਲਿਯੌਮਾ ਹਦੀਦ ਨਜ਼ੀਲੋ ਕਹੈ ਸੋ ਮੱਤਾ ਜਹਤ ਰਿਕਾਫੀ ਵਜ਼ੈਫੋ ਕਹੈ ਸੋ ਕੁੰਤ ਮਿਨ ਅਲ ਬਿਲਾਦ ਯਾ ਅੱਲਾ ਅਦਮਤੇ ਫਤੂਲ ਦਾ ਸਦਕਾ ਏ ਮਜਲਿਸ ਅਦਾ ਕਬੂਲ ਫਰਮਾ। ਬਾਨੀ ਮਜਲਿਸ ਜ਼ਗਮ ਜ਼ਕੀ ਅਜ਼ੀਜ਼ ਮੌਲਾ ਕੋ ਰੰਗ ਲਾਵੇ, ਅੱਲਾ ਉਹਦੀ ਮਿਹਨਤ ਕਬੂਲ ਕਰੇ। ਉਹ ਸਾਡੇ ਕੋਲੋਂ ਹਮੇਸ਼ਾ ਪੜ੍ਹਦੇ ਅਜ਼ੀਜ਼ ਏ, ਮੈਂ ਉਹਦੀ ਮਜਲਿਸ ਕਦੇ ਨਹੀਂ ਚੁੱਕਿਆ। ਅਸਾਂ ਜ਼ਾਕਰ ਲੋਕ ਹੁਣ ਅਦਰੇ ਸ਼ਾਹ ਸ਼ਮਸ ਬਾਦਸ਼ਾਹ ਇੱਕ ਜ਼ਮਾਨੇ ਇੱਥੇ 27-28 ਹੁੰਦੀ ਹੈ, ਜੁਮਾ ਪੜ੍ਹਾ ਨਾਮਾ ਬਾਦ ਔਕਾਤ ਅਲੀ ਮਸੂਦ ਰਦਾ ਕਦਲ ਬਾਦਸ਼ਾਹ ਚ ਰੱਖਿਆ 20 ਬੰਦੇ ਨਹਿ ਨਾ। ਹੁਣ ਜਿਤਨੇ ਮੁਲਤਾਨ ਦੇ ਜ਼ਾਕਰ ਨੇ ਸ਼ਾਹੀ ਜਲਸੇ ਪੈ ਕਰੇ ਨਨ ਦਰਬਾਰ ਸ਼ਾਹ ਸ਼ਮਸ ਅਦਾਦਾਰੀ ਦਾ ਮੁਲਕ ਚ ਮਰਕਜ਼ ਬਣ, ਧਿਆਨ ਕਰਾਏ ਰਣੀ ਪੀਆਂ ਕਪੀ ਨਨ ਮਤਾ ਨਾਰੇ ਤੇ ਜ਼ੋਰ ਲਾਓ ਖੜੀ ਦੀ ਖਾਤਰ। ਬਿਸਮਿਲਲਾਹ ਰਹਿਮਾਨ ਰਹੀਮ, ਹੁਸੈਨ ਮਿੰਨੀ ਵਾਨਾ ਮਿੰਨਲ ਹੁਸੈਨ, ਪਾਕ ਪੈਗੰਬਰ ਦੇ ਅਲ ਹੁਸੈਨ ਮਿੰਨੀ, ਇਹ ਜਿਹੜਾ ਅਲਿਫ ਲਾਮ ਏ ਇਹ ਮਖਸੂਸ ਹੈ, ਇਹ ਕੁਰਾਨ ਚ ਤਾਕੀਦ ਸ਼ਕੀਲਾ ਦਾ ਕੰਮ ਦਿੰਦੇ। ਅਲ ਹੁਸੈਨ ਮਿੰਨੀ, ਮੇਰਾ ਖਾਸ ਧੀ ਤੇ ਸੋਤਰ ਦਾ ਪੁੱਤਰ ਹੁਸੈਨ ਇਹ ਮੈਡੇ ਚੋ ਹੈ। ਇੱਕੋ ਕੁਰਾਨ ਚ ਤਾਕੀਦ ਸ਼ਕੀਲਾ, ਹਰ ਹੁਸੈਨ ਨਾਮੀ ਨਾ ਪਹਿਲੇ ਤਾਂ ਕਾਇਨਾਤ ਚ ਉਮਤ ਮੁਹੰਮਦ ਚ ਹਸਨ ਪਹਿਲਾ ਨਾ, ਹੁਸੈਨ ਦੂਜਾ ਨਾ, ਨਬੀ ਦੇ ਦੋ ਪੁੱਤਰ ਗੁਜ਼ਰਨ ਇੱਕ ਸ਼ਪਰਹਾ ਇੱਕ ਸ਼ਬੀਰਾ, ਉਹ ਸੁਰਿਆਨੀ ਦੇ ਨਾਂ ਹਨ, ਇਹ ਅਰਬੀ ਦੇ ਨਾਂ ਹਨ,
ਹਸਨਾਦ ਕਾਇਨਾਤ ਦਾ ਸਭ ਤੋਂ ਵੱਡਾ ਸੋਹਣਾ। ਲਤੀਫ ਹਸੀਨ ਸ਼ਰੀਫ ਹੁਸਨ ਦੀ ਆਖਰੀ ਹੱਦ, ਅਮੀਰੀ ਦਾ ਮਰਕਜ਼, ਨਫਾਸਤ ਸ਼ਰਾਫਤ ਦਾ ਪੈਕਰ, ਪਿਆਰ ਮੁਹੱਬਤ ਦਾ ਨੁਕਤਾ ਹੈ ਮਰਕਜ਼ੀ ਆਖੂ ਅਰਬ ਚਾਦਨ ਜੈ ਜੀਆ। ਸੋਹਣਾ ਤੇ ਲਤੀਫ ਮਿਜ਼ਾਜ ਕੋਈ ਨਾ ਹੋਵੇ, ਉਹ ਜ਼ਬਾਨ ਨਬੂਵਤ ਚ ਹਸਨਾ ਦੇ। ਬੜਾ ਸ਼ਾਨ ਹੁਸੈਨ, ਹੁਸੈਨ ਦਾ ਕਿਆ ਮਾਲ। ਇਹ ਤੂਸੇ ਰਿੰਦਾ ਫਰ ਹੇ ਸੀਨ ਨੂਨ ਹਸਨ, ਹੇ ਸੀਨ ਨੂੰ ਯੇ ਤੇ ਨੂਨ ਹੁਸੈਨ। ਹੁਸੈਨ ਦੇ ਕਿਆ ਮਾਨਨ ਜਿੱਥਾ ਹਸਨ ਦੇ ਹੁਸਨ ਦਾ ਇਖਤਤਾਮ ਏ, ਜਿਹੜੀ ਅਗਲੀ ਦੁਨੀਆ ਏ ਉਹ ਹੁਸੈਨ ਆ ਕਰਨਾ। ਪੇੜ ਖਾਲੀ ਨੀ ਰਾਂਦੇ ਸ਼ਮਸ ਸ਼ਮਸ ਮੌਸਮ ਜੇ ਨਾ ਹੋਵੇ ਇਹ ਬਜੜੇ ਦੀਮ ਨੇ ਮਵਾਲੀ ਆਦੇ ਪੈਣ ਹੁਣ ਮਜਮਈ ਅੱਲਾ ਭਾਵੇਂ ਤ੍ਰਿਹਤੀ ਦਾ ਈਮਾਨ ਹੋਵੇ ਤਾਂ ਬਹੁ ਸਾਰੇ ਕਿਬਲਾ ਬਿਲਕੁਲ ਜਿੱਥੇ ਜਾਂਦਾ ਦਿਲ ਲਾ ਕੇ ਬੈਠਾ, ਮੈਂ ਕੋਈ ਡਿਸਟਰਬ ਹੀ ਨਹੀਂ ਕਰ। ਹਰ ਕੋਈ ਮੇਰੀ ਗੱਲ ਸੁਣ ਰਿਹਾ ਦਿਲ ਲਾ ਕੇ ਬੈਠਾ ਰਹੇ। ਹਾਂ ਅਲਬਤਾ ਉਹਦੀ ਬਖਸ਼ਿਸ਼ ਕੋਈ ਨੀ ਜਿਹੜਾ ਯਾ ਅਲੀ ਦਾ ਨਾਰਾ ਨਾ ਮਰੇ। ਉਹ ਬਦਬਖਤ ਕੋ ਲਗਾ ਜਾਪਣਾ ਚਾਹੀਦਾ। ਮੈਂ ਤੁਹਾਡਾ ਤੂੰ ਪਹਿਲੇ ਆ ਗਈ ਆ ਮੰਨ ਤੇ ਸਮਝੀ ਆ ਪਹਿਲੇ ਇਹਨਾਂ ਕਹਿੰਦਾ ਬੈਠ ਰਿਹਾ ਚਾਹ ਪਿਲਾਈ ਮੈਂ ਕੋਈ ਹੁਣ ਨਹੀਂ ਪੀਆ। ਸਾਢੇ ਨੌ ਵਜੇ ਆ ਗਏ ਤਵੱਜੋ ਹੈ ਇਹ ਜਿਹੜਾ ਬੜਾ ਕਿੱਡੇ ਵੇਲੇ ਪਾਏ ਹੋ ਕਿਬਲਾ ਅੱਲਾਹ ਤਵੱਜੋ ਰੱਖਣਾ। ਹੁਸੈਨ ਮਿਲਨੀ ਗੌਰ ਨਾਲ ਮੇਰੀ ਕੌਮ ਸੁਣਨਾ। ਹੁਸੈਨ ਮੇਰੇ ਚੂਹੇ ਰੱਖੀ ਜਾਓ ਬੇਟਾ ਸਾਦਰ ਦਿੱਤੀ ਆਓ। ਅਲ ਹੁਸੈਨ ਮਿਲਨੀ ਖਾਸ ਹੁਸੈਨ ਮੇਰਾ ਬਛੜਾ ਇਹ ਮੁਤ ਸ਼ਾਪੇ ਫਿਕਰਾਤ ਮੋਕ ਮਾਤ ਕੁਆਤ ਕੇ ਹੁਸੈਨ ਮੈਡਾ ਪੋਤਰੇ ਮੈਡੇ ਚੋਏ ਤਾਂ ਠੀਕ ਏ ਧੀ ਦਾ ਪੋਤਰੇ ਅਲੀ ਸੋਤਰੇ ਨਬੀ ਦਾ ਫਸੀਏ ਯਕੀਨਨ ਹੁਸੈਨ ਮੁਹੰਮਦ ਦੀ ਔਲਾਦ ਏ। ਹੁਣ ਇਹ ਮੌਕਮ ਫਿਕਰਾ ਮੁਤਸ਼ਾਬੇ ਵਾ ਨਾ ਮਿਨਲ ਹੁਸੈਨ ਨਾਨੇ ਚੋ ਤਾਂ ਡੋਹਤਰਾ ਹੁੰਦੇ ਡੋਹਤਰੇ ਚੋ ਨਾਨਾ ਨਹੀਂ ਹੁੰਦਾ। ਕਿਆ ਬਾਤ ਹੈ ਇਹ ਤਾਂ ਸ਼ਾਹੀ ਗੱਲ ਹੋ ਗਈ, ਇਹ ਤਾਂ ਵਾਕਈ ਦਰਬਾਰ ਵਾਲੇ ਦਾ ਅਜ਼ਮਤ ਜ਼ਾਹਿਰ ਹੋ ਗਿਆ। ਲੋਹਤਰਾ ਨਾ ਨਹੀਂ ਚੋ ਹੋ ਸਕਦੇ
बात नाना नाना ही जो दोहत रही जो नाना नहीं होता ए मुतशाबे हाथ है तवज्जो है हुसैन तो मोहम्मद जो है मोहम्मद हुसैन जो की में है इधर तो कुरान ही गवाह है के मोहम्मद दे दो बचड़न तैयब कासम ताहिर इब्राहिम दोहत रहे न हसन ते हुसैन मोहम्मद दे पोतर नून दे हरम मारिया किबती आयशो एकड़ी मार चारे झोली च बिलाई बैठे पोतरी बिलाई बैठे सजे जानू पे दोहतरे बिलाई बैठे जिब्रील आ गए अल्लाह दे दू मैं दू भेज दू खोलो रख जेड़े दिल आखनी रख दे न जेड़े दिल आखनी मैं दू भेज आज मैं देखू कुछ राज अल्लाह दे दस सिलेक्शन तेरे उठे है इंतखाब तेरे उठे है दू मैं को लोड़न मैं दो भेज दू रख जेड़े रखड़े नहीं रख गए न जेड़े भेजने नहीं भेज दे किबला पुत्र सके दोई दिठे बतूल धी दे पुत्र दोई दिठे आई ने इलाही भी दिठे अपने उते नबूवत खत्म आई मोहम्मद दे बाद नबी नसल नबी ये जो कोई ना इमामत अली दे बतूल दे बचड़े चाहिया कोई बैठे सुना ना ला समझदा दीन दे जिम्मेदार ते मुहाफिज मेरे दोतरन मेरा सोतर लिए उन्दे यार इमाम पुत्र किबला आखिस अपने मेरे पुत्र उठागन अली और बतूल दी जोड़ी रहन दे अफसोस है कलमा पढ़ के भूल बन्या नाला जेदे उतो मोहम्मद बचड़े कुर्बान कर दिते नू हुसैन को न मने कुर्बान कर दितन जकी बेटा जो अपने ते नबुवत खत्म आई इमामत अली बतूल दी जोड़ी ये चाहिए अल्लाह को आधे मैदे वाल के न जिम्मेदार दीन रांडे मजलिस पढ़नी मैं कितनी है अच्छा मैं तो कुछ चौकी मजलिस पढ़ बिगाड़ने में भुगत है तुमने चलाई तो ना लोग को अजाब नहीं औला समझते थोड़ी तरक्की दिखाए हूं मैं को कोई लोड़ नहीं मजमा मैं ना फिर पाठ है मैं हूं अपने रास्ते पे चल रहा क्या बात है नूरमंद मलांगे इस दफा तेरे साढ़े इलाके दे बड़े चकारन तवज्जो है पांच साल दा हुसैन है उम्मे है मन हुसल लिते अस्मा बिनते उमा इस्ते इल्लाए फिजा माजा गल बसर दा काजल पवाए इस्मत कुबरा अम्मा
لباس چاہے گیس ہوئے مشکبو رسول پر دوش غلط خدرا بدن تے چشمہ ہلالی اکھ تے تسبیح مردان دست راست جمعزن نبی اذان پیا دے دے جمعہ دی دیوار اے شام دا دربار اے او مدینہ اے بلال اذان مکائیے نماز کیتے حسین تیار شمس بادشاہ دا دربار اے او مدینہ تیاری کیتی اس دہلیز بطول دی حد ترخص تے حد ترخص آدن دہلیز کو کر دی حد ترخص درسال باہر دا ماحول اور قبلہ بوئے دے باہر حسین قدم رکھے حسین دے بخت دی روتے نماز دے بخت دی دوپار محمد جیاں نمازی علی جیسے سجدہ ریز حسنین جیسے عامل بطول جیسی محافظہ سلمان ابو ذر مقداد عمار بلال حذیفہ یمانی جابر انصاری ابو ایوب ابو دجانہ شعیب بن صالح جیسے جماعتی یہ نے دوپہرن نماز دے حسین دے بخت دائی عروج پت پتن پاک دی محفل چا ہر کوئی حسین دو دے دے شاباش کڑگار نار سننا دروازے دے بہر قدم ہے نماز مجسم تھی کے سامنے آ کر السلام علیکہ یا ابن رسول اللہ علیکہ السلام یا صلات حسین اج بنٹن کے کڑے پہوے دے اوپر میندن مسجد کیا کرن نانے دے پیچھو نماز پڑھ دا نماز تھوڑا جیاں عروج چاہی در اپل دیا ایسے گئی تا نماز آدھے حسین جنے میں نہ بھیلا ہوئے تو تو نانے دی چھولی اچھ بیٹھا ہوئے دیکھو جھولی چھوڑنی پوندی ہے ایمیں پیار نال نماز دے متھے حسین دید لائیے پر میں دن میڈا نیک مشوری فرو تھی کہ اصول ڈال ٹکر نکا چونکہ نماز فرو ہے امامت اصول اصول جمعہ اصل دی اصل عربی اچادن پاڑ کو جڑ کو جڑھا ہونجن زمین ہے اوندے دے بندے مونڈ مونڈ دے بندے درخت دا جھاڑ او پتا ساوا راندے فرو آدن فرا جمعہ فرا دی جمعہ فرو فرا آدن پتر کو اصول آدن جڑ کو بہن سارا جڑا درک کو کابوی رکھ دن تن نہیں بڑھن دن اس تے پھالی لگ دے جھاڑی بڑھ دے توجہ ہے جیڑے اسلام دے درخت تلے امت محمد بیٹھیے اندے اصول چہسنائے دن سونے بیٹھ بیٹا کیا باش
तू चौकी ते बैठा रहा मैं को केड़ी पास दिया मजलिस रौनक काली थी वे मोमन दहा अठर बैंदे पानी दहा अठर बैंदे पढ़ना दे दहा अठर बैंदे मेहनत जो करे नन अदादार तो आदन माला सादी मेहनत काम जाप का तवज्जो है दर्द है आए नमाज आदि हुसैन मैं अन टल रुको ना जैको माँ छोली चाठा हुए छोटा मरे बचड़ा हुसैन दी मजलिस च ना बोली ओ छोटा मरे बचड़ा आज मैं देखना चाहता बंदा मैं डेढ़ कड़ा चाहना जरा लूहे का पोतरा है बैठे अपने हजर मक्की हजर अरबी दादन पत्थर को इबने हजर से मानन पत्थर दा पोत रहना दे फरू हो के असूल नाल मबाद न कर नमाद आदि उदाहन मैं अंतल रुको ना मैं टुर गई वाजे बा दरिया दी लहर दे चक्कर ची वाजे बा बिस्तर मर्ग ते वाजे बा खड़ के नहीं पैर पढ़ सकदा बह के पढ़े बह के नहीं पढ़ सकदा लेट के पढ़े मनासिक अदा नहीं कर सकदा इशारे नाल पढ़े दरिया च बुढ़दा पाए ये टोनी पानी दे तले आ गए दीद पहिए ससे ढल गए तो मोहम्मद आदे अख दे इशारे नाल पढ़ी वजे अल्लाह कबूल करे थी उठी वाजे बे मरदी जा बुढ़दी जा इशारा जा कर रहे बिस्मिल्लाह तवज्जो है खुदाना दे बेशक नमाज आदि मैं नबियां दे मत्थे टिकवा दितन मैं कुर्रा ते है नए नए मुस्तफा हा मैं कुफर ते इस्लाम दी हद दे इम्तियाजा सैयदा दे बेशक ठीक है तू फरूए मैं रसूला तू सफर च कसरे अधी थी वनी मैं हर का पूरा कोई बैठे सुना ना ला तेरे कदा दी अदा मेरे कदा दी अदा कोई बैठे हो सुना ना ले सैयदा दे पुत्र गौर नाल सुनी तू जस में तेरा रूह मैं होता है तू जिक्र है तेरे जिक्र दी इजाबत दा जामिन हुसैन है तेरे कोई बैठे और आवामी फिक्रा और आवामी फिक्रा तब जो है पर मैंने थके तनी भी बैठे तेरे करोड़ा दफा नमाज पढ़ाना ले जहन्नम वज सकते मैं कुरान जिथे शैतान बन गए मेरे मन नाल कीते तकदीर च तारीर नहीं जहन्नम जा मेरे अंदाजे च मैं ठीक पढ़ी करा बस होने को कुछ ऐसे है जा तेरा हुसैन आदे तेरे मेरा मवादना निशांदा सालिस बने दिया नाने मोहम्मद को जड़ा दीन दा सब तो बड़ा जिम्मेदार ते मालिक है त्रकड़ी देने रसूल दे हते हिप पलड़े चटूबा है देखे च मैं बाना रसूल कने इंसाफ करें दे आए अमला च डाटा कम जनाब नमाज नमाज मस्जिद आई रसूल नियत की थी अल्लाह अकबर नमाज ते रसूल यकजान हो गए
हुसैन मां कने कंठ पा के वत बहराया रसूल किरे शुरू की थी हुसैन मस्जिद दो टुरया रसूल इन्ना अंदलना दी आखरी आयत ते आया हुसैन मोड़ हिसाब ते पहुंचा नबी ते नमाज मिलके मेराज चगाए सजदा है मेराज नमाज दा और सजदा आमदनी नबी अंदे सुल्तान दे माहौल तो बेनियाज थी के सजदा है वाजिब जपुश्ते नबुवत और नमाज ते हुसैन सवार थी गया कहीं रलने ते आदे अल्लाह हो अकबर सात तोड़ी सुभान हुसैन काट दे बैठे मुस्तहब हद तक नबी गिया इरादा कीता हुसैन डांड तढ़ाए पवे नमाज दे अरकान न टुटन जिब्रील मुंडा लाया मस्जिद मैडी मुसल्ला मैडा जिक्र मैडा नमाज मैडी तू मैडा हुसैन मैडा बैठे सुन नाला तू फरूए च मशहूर है तड़ी कट ते असूल बैठे अकदार नहीं अफ्रीका मैं हर जिम्मेदारी नहीं चाहिए हो तू फरू च मशहूल तेरी पोस्ट ते असूल सवा जे तोड़ी असू मैं कोली दी इज्जत की कसम है पीछे नमाज नहीं पढ़ेंगी भाई मथा चे दे हन नबी सजदे चे हुसैन बैठ नमाज पढ़ी जा रही थी मस्जिद नबी में सहाबा के सर खम थे मोहम्मद के कदमों में निमा देखो कितना बुलंद हुसैन है तो शेर रसूल पर अल्लाह दरूद भेजता है आले रसूल पर अल्लाह बड़ा अच्छा है बड़ा अच्छा है बड़ा अच्छा है बस काफी मोमन जो किया उनका शौक आ गए उनको सवाब बहुत हाँ भाई सारे राजी हो ਕਿਬਲਾ ਪਿੱਛੇ ਮੱਥਾ ਚਾਹੁੰਦੇ ਹਨ ਡਾਇ ਪਾਉਂਦੇ ਹਨ ਨੂਰ ਮਨ ਮਲੰਗ ਜੇਕੋ ਮੁਹੰਮਦ ਦੀ ਨਮਾਜ਼ ਤੇ ਇਤਮੀਨਾਨ ਨਹੀਂ ਉਹ ਕਿਆ ਜਾਣੇ ਰਸੂਲ ਕੌਮ ਜਿਲੇ 70 ਜਾਂ 72 ਤੇ ਮੁਹੰਮਦ ਆਏ ਹੁਸੈਨ ਆਪਣੇ ਆਪ ਕੋ ਆਦੇ ਸ਼ਰੀਫ ਉਤਨਾ ਕਰਦੇ ਚਾਹੁੰਦੇ ਨੇ ਜਿਤਨੀ ਲਾ ਸਕਣ मजलिस बेटा हो गई है मैं दो लफ्जा था शरीफ उतना कर चैनन जितनी लहा सक ये कर दी अदायगी है ना जो इमाम जमाना दे अस्सलाम अला हबीता इला अर्ज जरिया कोई बैठे सुनने वाले कहे तक वो आखे घोड़े घोड़ी लाइए तो हुसैन लते केड़े पागल तक को समझाए जो हुसैन आराम दलते केड़ा जाए ला दे बार में गने पूछ आधे मैं डाऊं गरीब तो सलाम होवे जड़ा बज दे घोड़े तू डटते मस्जिद इमाम जमाना है जाते जेड़ा घोड़े दे नाल आए एक कुत्ते दे पुत्र हुसैन को मथे च तीर मारे
ਤੇਰੇ ਸੋਣਾ ਹੁਸੈਨ ਦੀਨ ਚਹਲੇ ਵੱਲ ਨਹੀਂ ਬਹਿ ਸਕਦਾ ਇਮਾਮ ਦੇ ਜਿਹੜਾ ਭੱਜਦੇ ਘੋੜੇ ਤੋਂ ਮੱਥੇ ਦੇ ਭਾਗ ਸ਼ਮਸ ਦੀ ਕਸਮ ਹੈ ਮੈਂ ਕੋਈ ਜੁਮੇ ਦੀ ਮਜਲਿਸ ਪੜ੍ਹਨ ਦੀ ਕਸਮ ਹੈ ਮੈਂ ਕੋਈ ਬੇਨਿਆਜ਼ੀ ਦੀ ਕਸਮ ਹੈ ਸਭਾ ਮੀਲ ਤੋਂ ਜ਼ਿਆਦਾ ਦੂਰ ਲੱਥੇ 80,000 ਮਾਰਨ ਵਾਲਾ ਦੋ ਕਦਮ ਜਿਹੜਾ ਪੱਥਰ ਲੱਗਦੇ ਹਨ ਛਣ ਪਾਉਂਦਾ ਜਲੇ ਯਾਰ ਹੀ ਜਾ ਤੇ ਹੁਸੈਨ ਕੋ ਜ਼ਰਬ ਲੱਗੀ ਏ ਤੇ ਜਿਹੜੇ ਪਿੱਛੇ ਹੁਸੈਨ ਦੇ ਯਾਰ ਮੈਂ ਕੋ ਵਜਾਂ ਦੇ ਉਹ ਮੇਰੀ ਭੇਣ ਦੁੱਬ ਤੇ ਖੜੀ ਏ ਮੇਰਾ ਬਾਤ ਅੜੇ ਸੁਣਨ ਦਾ ਸਦਕੇ ਕਿਆ ਬਾਤ ਹੈ ਸੁਣਨ ਵਾਲਾ ਕਿਆ ਬਾਤ ਹੈ ਸੁਣਨ ਵਾਲਾ ਜ਼ਰਬਾ ਜਲੇਂਦਾ ਏ ਅਗਰ ਦੇਖੋ ਅੱਖ ਮੈਂ ਇਮਤਿਹਾਨ ਹੁਸੈਨ ਦਾ ਜਬੜਾ ਦਾ ਰੰਗ ਵੀ ਅਸੀ ਵੈਸੀ ਪੱਥਰ ਮਾਰੇ ਮੱਥੇ ਸੈਯਦ ਦੀ ਜ਼ਮੀਨ ਫਟੀਏ ਜਲੇ ਡਾੜੀ ਤੇ ਰਾਤ ਆਈਏ ਪਿੱਛੇ ਆਦੇ ਲੋਗ ਮੈਂ ਗਰੀਬ ਆ ਹਾਏ ਤੀਰ ਮਾਰੇ ਜਿਹੜਾ ਹੁਸੈਨ ਕੋ ਦਿਲ ਵਿੱਚ ਲੱਗੇ ਦੇਰ ਦੇਰ ਹੁਸੈਨ ਕੋਸ਼ਿਸ਼ ਕੀਤੀ ਏ ਤੀਰ ਛਿੱਕਾ ਪਸਲੇ ਚ ਨੋਕਾ ਅੜ ਗਿਆ ਨਹੀਂ ਆਇਆ ਪਿੱਛੇ ਪੀਉ ਵਾਲੇ ਲਾਸਾ ਕਹਿੰਦੇ ਬਿਸਮਿਲ੍ਲਾਹ ਵਬਿੱਲਾਹ ਵਾਲਾ ਮਿਲਤ ਰਸੂਲੁੱਲਾਹ ਫਸਤ ਬਰਬਲ ਕਾਬਾ ਸੀਨੇ ਤੇ ਜ਼ੋਰ ਦੇ ਕੇ ਕੱਢ ਪਿੱਛੋ ਛਿੱਕੇ ਜਲੇ ਪਰਨਾਲਾ ਰੱਦ ਜਾਰੀ ਥੈ ਪਿੱਛੇ ਬਤੂਲ ਪੀਉ ਦੇ ਨੇੜੇ ਆ ਕੇ ਆਦੀਏ ਹੁਣ ਦੀਨ ਬਚ ਗਿਆ।